ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ। ਸੰਗਰੂਰ ਪੁਲਿਸ ਨੇ ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਚੋਰੀ ਦਾ ਇੱਕ ਮੋਟਰਸਾਈਕਲ ਅਤੇ ਹਥਿਆਰ ਵੀ ਬਰਾਮਦ ਹੋਏ ਹਨ, ਜੋ ਕਿ ਲੁੱਟ ਦੀ ਵਾਰਦਾਤ ਕਰਨ ਸਮੇਂ ਪ੍ਰਯੋਗ ਕੀਤੇ ਜਾਂਦੇ ਸਨ। ਇਸ ਸੰਬੰਧੀ DSP ਸਤਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਗਿਰੋਹ ਦੇ ਮੈਂਬਰਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ ਮਿਤੀ 25/3/18 ਨੂੰ ਸਵੇਰੇ ਕਰੀਬ 4 AM 'ਤੇ ਸਾਡੇ ਜਿਹੜੇ ਬੰਗਾ ਵਾਲੀ ਰੋਡ 'ਤੇ ਪੈਟਰੋਲ ਪੰਪ ਆ ਉੱਥੇ ਖੋਹ ਹੋਈ ਸੀਗੀ। ਇੱਕ ਰਿੰਦੇ ਦੇ ਤਲਵਾਰ ਨਾਲ ਸੱਟ ਮਾਰ ਕੇ ਕਰੀਬ 20,000 ਰੁਪਇਆ ਖੋਹ ਕੇ ਲੈ ਗਏ ਸੀ। 3 ਵਿਅਕਤੀ ਸੀਗੇ, ਮੋਟਰਸਾਈਕਲ 'ਤੇ ਸਵਾਰ ਸੀ, 2 ਇਹਨਾਂ ਕੋਲ ਤਲਵਾਰਾਂ ਸੀਗੀਆਂ। ਅਤੇ ਜਿਹੜੇ ਉਸ ਸੰਬੰਧ ਦੇ ਵਿੱਚ ਸਾਡੇ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਸੀਂ ਸਾਡੇ SHO ਮੁੱਖ ਅਫਸਰ ਸਦਰ ਸੰਗਰੂਰ ਨੇ ਇਹਨਾਂ ਨੂੰ ਕੱਲ੍ਹ ਜਿਹੜਾ ਆ ਸੋਹਣ ਲਾਲ ਦੀ ਅਗਵਾਈ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ 2 ਵਿਅਕਤੀ ਉਹਨਾਂ 'ਚੋਂ ਅਸੀਂ ਕਰ ਲਏ ਸੀਗੇ। ਜਿਹੜੇ ਇਹਨਾਂ ਦੇ ਵਿੱਚੋਂ ਇੱਕ ਸੁਖਪ੍ਰੀਤ ਸਿੰਘ ਸੁੱਖੀ ਅਤੇ ਦੂਸਰਾ ਸੀਗਾ ਮਨਦੀਪ ਸਿੰਘ ਬਰਨਾਲੇ ਦੇ ਰਹਿਣ ਵਾਲੇ ਸੀਗੇ। ਇਹਨਾਂ ਤੋਂ ਜਿਹੜਾ ਮੋਟਰਸਾਈਕਲ ਸੀਗਾ ਉਹ ਰਿਕਵਰ ਕਰ ਲਿਆ, ਤਲਵਾਰ ਰਿਕਵਰ ਕਰ ਲਈ ਆ। ਜਦੋਂ ਹੁਣ ਪੁੱਛਗਿੱਛ 'ਚ ਸਾਹਮਣੇ ਆਈ ਵੀ ਇਹ ਮੋਟਰਸਾਈਕਲ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਰੀ ਕਰਿਆ ਹੋਇਆ ਸੀਗਾ। ਅਤੇ ਉਸੇ ਦਿਨ ਹੀ ਇਹਨਾਂ ਨੇ 25/3 ਨੂੰ ਹੀ 4:30 ਵਾਰਦਾਤ ਕਰਨ ਤੋਂ ਪਹਿਲਾਂ ਕਰੀਬ 1:30 ਰੱਖੜਾ ਜ਼ਿਲ੍ਹਾ ਪਟਿਆਲੇ 'ਚ ਪੈਟਰੋਲ ਪੰਪ 'ਤੇ ਵੀ ਕਰੀਬ 5,000 ਰੁਪਇਆ ਖੋਇਆ ਸੀ ਅਤੇ ਸ਼ੀਸ਼ੇ ਵਗੈਰਾ ਭੰਨੇ ਸੀਗੇ। ਅਤੇ ਅੱਗੇ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ।